بسم اللہ الرحمن الرحیم اللہ تعالی کی رحمت کرم فضل اور شکر کے ساتھ ਅੱਜ ਜਿਹੜਾ ਨਾ ਅਸੀਂ ਤੁਹਾਨੂੰ ਤਿੰਨਾਂ ਦਿਨਾਂ ਦੇ ਮੰਡੀ ਦੇ ਰੇਟ ਸ਼ੇਅਰ ਕਰਾਂਗੇ ਕਿ ਕੀ ਕੀ ਫਰਕ ਪਿਆ ਮੰਡੀ ਦੇ ਰੇਟਾਂ 'ਚ ਤਿੰਨਾਂ ਦਿਨਾਂ 'ਚ ਆਲੂ ਪਿਆਜ਼ ਦਾ ਰੇਟ ਕੀ ਕੀ ਰਿਹਾ ਆ ਸਭ ਤੋਂ ਪਹਿਲਾਂ ਇਹ ਅੱਜ ਦਾ ਪਿਆਜ਼ ਅੱਜ ਦਾ ਰੇਟ ਹੈ 900 ਰੁਪਏ ਉਹ ਪਿੱਛੇ ਵਾਲਾ ਜਿਹੜਾ ਨਾ 800 ਰੁਪਏ ਦਾ ਤੜੀਆ ਜਾਨੀ ਕਿ 5 ਕਿਲੋ ਇਹ 900 ਦਾ ਤੇ ਉਹ ਪਿੱਛੇ ਵਾਲਾ 800 ਰੁਪਏ ਦਾ ਇਹ ਵਾਲਾ ਭਾਈ ਕਹਿ ਰਿਹਾ ਕਿ 750 ਰੁਪਏ ਦਾ ਪਾਇਆ 5 ਕਿਲੋ ਆਲੂ ਅਸੀਂ ਜਿਹੜਾ ਨਾ 150 ਰੁਪਏ ਅੱਜ ਪਾਇਆ ਆਲੂ ਦੀ ਵੀ ਕੁਆਲਿਟੀ ਆ ਪਿਆਜ਼ ਦੀ ਵੀ ਕੁਆਲਿਟੀ ਆ ਕੁਆਲਿਟੀ ਦੇ ਹਿਸਾਬ ਨਾਲ ਜਿਹੜਾ ਨਾ ਰੇਟ ਆ ਤੁਸੀਂ ਵੇਖ ਸਕਦੇ ਹੋ ਤੁਸੀਂ ਖੁਦ ਹੀ ਅੰਦਾਜ਼ਾ ਲਾਣਾ ਕਿ ਕਿਹੜੀ ਕੁਆਲਿਟੀ ਬਿਹਤਰ ਆ ਕਿਹੜਾ ਰੇਟ ਵੀ ਬਿਹਤਰ ਆ ਤੁਸੀਂ ਕਮਰਸ਼ਲ ਐਕਸਚੇਂਜ ਤੇ ਜਾ ਕੇ ਜ਼ਰੂਰ ਕਰਨਾ ਇਹ ਭਾਈ ਕਹਿ ਰਿਹਾ ਕਿ ਲੋਕਾਂ ਨੇ 650 ਵੀ ਪਾਇਆ 700 ਵੀ ਪਾਇਆ ਲੇਕਿਨ ਅਸੀਂ ਜਿਹੜਾ ਨਾ 600 ਰੁਪਏ ਦਾ ਪਿਆਜ਼ ਦੇ ਰਾ 600 ਰੁਪਏ ਦਾ 5 ਕਿਲੋ 5 ਕਿਲੋ 600 ਰੁਪਏ ਦਾ ਐ ਪੈਪਸੀ ਆਲੂ ਆ ਪੈਪਸੀ ਆਲੂ ਜਿਹੜਾ ਨਾ ਐ ਵੀ ਕੁਆਲਟੀ ਦੇ ਹਿਸਾਬ ਨਾਲ ਚਿੱਟਾ ਆਲੂ ਹੁੰਦਾ ਐ ਜਿਹੜਾ 150 ਰੁਪਏ ਦਾ ਤੇ ਆ ਲਾਲ ਦੇਸੀ ਆਪਣੇ ਇਲਾਕੇ ਦਾ 100 ਤੇ 80 ਰੁਪਏ ਐ ਦਾ ਰੇਟ ਆ ਆਲੂ ਦੇ 180 ਰੁਪਏ ਰੇਟ ਆ ਉਸ ਤੋਂ ਇੱਕ ਦਿਨ ਪਹਿਲੇ ਚਲ ਜੋ ਕਿ ਇਹ ਵਾਲਾ ਪਿਆਜ਼ ਜਿਹੜਾ ਤੁਸੀਂ ਵੇਖਦੇ ਪਿਆ ਹੋਇਆ 1000 ਰੁਪਏ ਦਾ 30 ਸੀ ਯਾਨੀ ਕਿ 1000 ਰੁਪਏ ਦਾ 5 ਕਿਲੋ ਤੇ ਇਹ ਵਾਲਾ ਜਿਹੜਾ ਨਾ 750 ਰੁਪਏ ਦਾ 5 ਕਿਲੋ ਸੀ ਤੁਸੀਂ ਆਦੇ ਵੀ ਕੁਆਲਿਟੀ ਦੇਖ ਸਕਦੇ ਹੋ ਪਹਿਲੇ ਵਾਲੇ ਪਿਆਜ਼ ਦੀ ਕੁਆਲਿਟੀ ਵੀ ਦੇਖ ਸਕਦੇ ਹੋ ਕੁਆਲਿਟੀ ਦੇ ਹਿਸਾਬ ਨਾਲ ਰੇਟ ਹੈ ਮੈਂ ਤੁਹਾਨੂੰ ਨਾਲ ਦੱਸਣਾ ਪਿਆ ਇਹ ਵਾਲਾ ਜਿਹੜਾ ਨਾ ਆਲੂ 100 ਤੇ 70 ਰੁਪਏ ਦਾ 30 ਸੀ ਪਿਛਲੇ ਦਿਨ ਤੇ ਐਫਪੀਸੀ ਵਾਲਾ ਆਲੂ ਜਿਹੜਾ ਨਾ 140 ਜਜ਼ਨ ਇਹ ਵਾਲਾ ਪਿਆਜ਼ 700 ਰੁਪਏ ਆ ਉਸ ਤੋਂ ਅਗਲੇ ਦਿਨ ਦਾ ਜਿਹੜਾ ਰੇਟ ਹੈ 700 ਰੁਪਏ 700 ਰੁਪਏ 5 ਕਿਲੋ 700 ਰੁਪਏ ਦਾ ਤੁਸੀਂ ਦੇਖ ਸਕਦੇ ਹੋ 5 ਕਿਲੋ ਤੇ ਆਲੂ 100 ਤੇ 70 ਰੁਪਏ ਦਾ 5 ਕਿਲੋ ਸੀ ਤੇ ਤਿੰਨ ਚਾਰ ਦਿਨਾਂ ਦੇ ਵਿੱਚ ਜਿਹੜਾ ਨਾ 10 ਵੀ 10 ਵੀ ਦਾ ਫਰਕ ਪਿਆਇਆ ਜਿਹੜਾ ਕਿ ਪਿਆਜ਼ ਤੇ ਆਲੂ ਦੇ ਰੇਟਾਂ ਦੇ ਵਿੱਚ 10 ਵੀ ਦਾ ਫਰਕ ਪਿਆਇਆ ਲੇਕਿਨ ਪਿਆਜ਼ ਚ ਜ਼ਿਆਦਾ ਸਸਤਾ ਹੈ ਪਿਆਜ਼ ਜਿਹੜਾ ਨਾ 700 750 900 ਹਜ਼ਾਰ ਲੇਕਿਨ ਉਰਦੇ ਵਿੱਚ ਵੀ ਕੁਆਲਿਟੀਾਂ ਦਾ ਫਰਕ ਸੀ ਕੁਆਲਿਟੀ ਦੇ ਹਿਸਾਬ ਨਾਲ ਪਿਆਜ਼ ਦਾ ਰੇਟ ਹੈ ਮੁxtਲਿਫ ਕੁਝ ਕਰਾਂਗਾ ਤੁਹਾਨੂੰ ਮੇਰੀ ਵੀਡੀਓ ਪਸੰਦ ਆ ਪਸੰਦ ਆ ਲਾਈਕ ਸ਼ੇਅਰ ਕਰਨਾ ਜ਼ਰੂਰ ਰਹਿ ਦਿਵਾ ਜਦ ਤੱਕ